ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਰਾਜ ਸਿੰਘ ਜੀ ਮੋਨਾ ਸਾਹਿਬ ਵਾਲੇ ਜੋ ਹੁਣੇ ਹੀ ਆਪ ਜੀ ਨੂੰ ਕੀਰਤਨ ਸੁਣਾ ਕੇ ਗਏ ਹਨ, ਸਤਿਗੁਰ ਦੀ ਬਖਸ਼ਿਸ਼ ਦੇ ਪਾਤਰ ਹਨ। ਮੈਂ ਇਹਨਾਂ ਬੱਚਿਆਂ ਨੂੰ ਅੱਖਾਂ ਦੇ ਸਾਹਮਣੇ ਕੀਰਤਨੀ ਬਣਦਾ ਦੇਖਿਆ ਸੁਣਿਆ, ਔਰ ਮੇਰੇ ਨਾਲ ਵੀ ਇਹਨਾਂ ਬੱਚਿਆਂ ਨੇ ਗਾਇਆ। ਇਹਨਾਂ ਬੱਚੇ ਮੇਰੀ ਯਾਦ ਦਾ ਹਿੱਸਾ ਹਨ। ਭਾਈ ਓਮਕਾਰ ਸਿੰਘ ਜੀ, ਭਾਈ ਸਵਰਨ ਸਿੰਘ ਅਤੇ ਇੱਕ ਭਾਈ ਪਿਆਰਾ ਸਿੰਘ ਜੀ। ਥੋੜ੍ਹਾ ਸਮਾਂ ਪਹਿਲਾਂ ਭਾਈ ਪਿਆਰਾ ਸਿੰਘ ਅਚਾਨਕ ਹੀ ਉਸ ਮਾਲਕ ਦੀ ਪਤਾ ਨਹੀਂ ਕੀ ਮੌਤ ਸੀ, ਚੜ੍ਹਾਈ ਕਰ ਗਏ। ਮੇਰੇ ਨਾਲ ਇਹਨਾਂ ਬੱਚਿਆਂ ਨੇ ਬੜਾ ਸਨੇਹ ਸ਼ੁਰੂ ਤੋਂ, ਮੈਂ 1987 ਵਿੱਚ ਪਹਿਲੀ ਵਾਰੀ ਮਿੱਠਾ ਡਵਾਣਾ ਹੁਸ਼ਿਆਰਪੁਰ ਵਿਸਾਖੀ 'ਤੇ ਕੀਰਤਨ ਕਰਨ ਵਾਸਤੇ ਗਿਆ। ਤੋ ਮੈਨੂੰ ਮਹੰਤ ਤਾਰਾ ਸਿੰਘ ਜੀ ਉਹਨਾਂ ਨੇ ਬਹੁਤ ਪ੍ਰਭਾਵਿਤ ਕੀਤਾ। ਹਾਲਾਂਕਿ ਮੈਂ ਮਿਸ਼ਨਰੀ ਸੋਚ ਦਾ ਬੰਦਾ ਸੀ, ਉਸ ਵੇਲੇ ਥੋੜ੍ਹਾ ਜਿਹਾ ਜਨੂਨ ਵੀ ਸੀ ਗੁਰਮਤਿ ਦਾ। ਮੈਂ ਥੋੜ੍ਹਾ ਜਿਹਾ ਸੰਤਾਂ ਸਾਧਾਂ ਤੋਂ ਡੇਰਿਆਂ ਤੋਂ ਬਚਦਾ ਸੀ। ਹਾਲਾਂਕਿ ਮੇਰਾ ਪਿਛੋਕੜ ਸੰਤ ਸੀ ਵੀ ਹੈ, ਮੇਰੇ ਪੁਰਖੇ ਜਿਹੜੇ ਵੱਡੇ ਸਨ ਉਹਨਾਂ ਨੂੰ ਲੋਕ ਸੰਤ ਕਰਕੇ ਮੰਨਦੇ ਸਨ। ਪਰ ਸਮੇਂ ਦੇ ਨਾਲ ਹਰ ਬੰਦੇ ਦੀ ਸੋਚ ਬਦਲਦੀ ਹੈ, ਪੀੜ੍ਹੀਆਂ ਦੀ ਸੋਚ ਬਦਲ ਜਾਂਦੀ ਹੈ। ਸਾਡੇ ਪਹਿਲਾਂ ਵੱਡੇ ਵਡੇਰੇ ਸੰਤ ਕਹਿੰਦੇ ਸਨ, ਫਿਰ ਮੇਰੇ ਦਾਦਾ ਜੀ ਤੱਕ ਪਹੁੰਚਦਿਆਂ ਭਾਈ ਹੋ ਗਿਆ। ਸਾਡੇ ਪਰਿਵਾਰਾਂ ਦੀ ਜੋ ਅੱਲ ਪਈ ਹੁੰਦੀ ਨਾ ਪਿੰਡਾਂ ਵਿੱਚ, ਸਾਡੀ ਅੱਲ ਭਾਈ ਹੈ, ਭਾਈਆਂ ਦਾ ਪਰਿਵਾਰ, ਭਾਈਆਂ ਦਾ ਟੱਬਰ ਕਰਕੇ ਸਾਨੂੰ ਜਾਣਿਆ ਜਾਂਦਾ। ਤੋ ਮੈਂ ਵਿਰੋਧੀ ਨਹੀਂ ਹਾਂ ਕਿਸੇ ਦਾ, ਨਾ ਮੈਂ ਇਹੋ ਜਿਹਾ ਕੂੜਾ ਇਕੱਠਾ ਕਰਦਾ ਕਿਸੇ ਦਾ ਵਿਰੋਧ ਕਰਕੇ। ਉਹ ਮਹੰਤ ਸਾਹਿਬ ਬੜੀ ਸਾਦੀ ਜੀ ਰੂਹ ਸਨ, ਮਹੰਤ ਤਾਰਾ ਸਿੰਘ। ਕੀਰਤਨ ਸੁਣਾਵਾਂਗਾ ਬੋਰ ਨਾ ਹੋ। ਜਿਹੜਾ ਸ਼ਬਦ ਹੈ ਨਾ ਸਤਿਗੁਰਾਂ ਦੀ ਪਾਵਨ ਬਾਣੀ ਵਿੱਚ, ਜਿਨ ਪੱਟ ਅੰਦਰ ਬਾਹਰ ਗੁੱਡ ਗੁੱਦੜ ਤੇ ਭਰੇ ਸੰਸਾਰ। ਉਹ ਸਰੀਰ, ਉਹ ਆਤਮਾ ਮੈਨੂੰ ਇੰਝ ਲੱਗਿਆ ਕਿ ਇਸ ਦੁੱਖ 'ਤੇ ਬਹੁਤ ਢੁੱਕਦੀ ਹੈ, ਜਾਂ ਉਹਨਾਂ ਦੇ ਜੀਵਨ 'ਤੇ ਇਹ ਪੰਕਤੀ ਬਹੁਤ ਢੁੱਕਦੀ ਹੈ। ਤੋ ਮੈਂ ਜਿਵੇਂ ਕੋਈ ਸੇਵਕ ਨਹੀਂ ਬਣ ਜਾਂਦਾ, ਮੈਂ ਉਸ ਤਰ੍ਹਾਂ ਉਹਨਾਂ ਦਾ ਸੇਵਕ ਬਣ ਗਿਆ।
ਔਰ 1987 ਤੋਂ ਲਗਾਤਾਰ ਹੁਣ ਤੱਕ ਮੈਂ ਹੋਰ ਕਿਤੇ ਜਾਵਾਂ ਨਾ ਜਾਵਾਂ ਉੱਥੇ ਮੈਂ ਜ਼ਰੂਰ ਜਾਂਦਾ। ਥੋੜ੍ਹੇ ਜਿਹੇ ਰੁਝੇਵੇਂ ਵੱਧ ਗਏ, ਥੋੜ੍ਹਾ ਜਿਹਾ ਮੈਂ ਵੱਡਾ ਕੀਰਤਨੀਆ ਬਣ ਗਿਆ, ਇਸ ਕਰਕੇ ਉੱਥੇ ਮੈਂ ਸਮਾਂ ਹੁਣ ਘੱਟ ਦਿੰਦਾ ਹਾਂ। ਪਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਫਿਰ ਸਮਰਪਿਤ ਹੋ ਜਾਵਾਂਗਾ। ਲਗਾਤਾਰ ਜੁਲਾਈ ਦੇ ਮਹੀਨੇ ਵਿੱਚ ਮੈਂ 15-15, 16-16 ਦਿਨ ਰਹਿੰਦਾ ਸੀ ਉੱਥੇ, ਕਿਉਂਕਿ 1 ਜੁਲਾਈ ਤੋਂ 16 ਜੁਲਾਈ ਤੱਕ ਪ੍ਰੋਗਰਾਮ ਹੁੰਦਾ, ਮੈਂ ਉਸ ਪ੍ਰੋਗਰਾਮ ਵਿੱਚ ਸ਼ਾਮਿਲ। ਉੱਥੇ ਇਹਨਾਂ ਸਾਰਿਆਂ ਬੱਚਿਆਂ ਦਾ ਮੇਰੇ ਨਾਲ ਮਿਲਾਪ ਹੋਇਆ, ਮੇਰੇ ਨਾਲ ਵੀ ਬੈਠਦੇ ਸਨ, ਮੈਨੂੰ ਅੱਜ ਵੀ ਸਹਿਯੋਗ ਦਿੰਦੇ ਆ, ਉਦੋਂ ਵੀ ਦਿੰਦੇ ਸਨ। ਅਤੇ ਮੈਂ ਜਿਵੇਂ ਇਹਨਾਂ ਨੇ ਕਿਹਾ ਕਿ ਇਹਨਾਂ ਵੱਲ ਦੇਖ ਦੇਖ ਕੇ ਅਸੀਂ ਕੀਰਤਨੀ ਬਣੇ, ਅਸਲ ਵਿੱਚ ਮੇਰੇ ਵੱਲ ਦੇਖ ਕੇ ਕੋਈ ਕੀਰਤਨੀਆਂ ਨਹੀਂ ਬਣਿਆ, ਇਹ ਤੁਰ ਦਰਗਾਹ ਤੋਂ ਜਿਹਨਾਂ ਦੇ ਬਖਸ਼ਿਸ਼ ਹੁੰਦੀ ਹੈ ਉਹ ਕੀਰਤਨੀ ਬਣੀ। ਹਾਂ, ਮੈਂ ਇੱਕ ਗੱਲ ਨੂੰ ਮੰਨਦਾ ਹਾਂ ਕਿ ਕਿਸੇ ਦੀ ਪ੍ਰੇਰਨਾ ਜ਼ਰੂਰ ਹੁੰਦੀ ਹੈ, ਪਰ ਜੋ ਕੀਰਤਨ ਦੀ ਦਾਤ ਹੈ, ਕਹੋ ਨਾਨਕ ਇਸ ਭੈਰੋ ਪ੍ਰਾਪਤ ਜਿਸ ਪੁਰਬ ਲਿਖੇਗਾ ਲੈਣਾ, ਕੀਰਤਨੀਆਂ ਨੂੰ ਨਹੀਂ ਬਣ ਜਾਂਦਾ। ਇਹ ਕੀਰਤਨੀਆਂ ਜਿੰਨੇ ਵੀ ਹਨ, ਠੀਕ ਹੈ ਮੇਰੇ ਨਾਲ ਸਾਰੇ ਪਿਆਰ ਕਰਦੇ ਹਨ, ਔਰ ਇਹ ਕਹਿੰਦੇ ਵੀ ਹਨ ਕਿ ਭਾਈ ਸਾਹਿਬ ਅਸੀਂ ਤੁਹਾਨੂੰ ਸੁਣ ਸੁਣ ਕੇ ਬਣੇ ਨੇ, ਮੈਨੂੰ ਨਹੀਂ ਸੁਣ ਕੇ ਬਣੇ, ਤੁਸੀਂ ਸਭ ਰੋਟੀ ਬਾਣੀ ਨੇ ਸੁਣ ਕੇ ਕੀਰਤਨੀ ਬਣੇ। ਇਹ ਬਾਣੀ ਦਾ ਇੱਕ ਸੁਭਾਅ ਹੈ, ਹਰ ਕੀ ਵਡਿਆਈ ਦੇਖੋ ਸੰਤੋ ਹਰ ਨੇ ਮਾਣਿਆ ਮਾਣ ਦਵਾਈ, ਮੈਨੂੰ ਤੁਸੀਂ ਪਿਆਰ ਕਰਦੇ ਹੋ ਇਸ ਕਰਕੇ ਮੈਨੂੰ ਇਹ ਮਾਣ ਵੀ ਦਿੰਦੇ ਹੋ। ਪਰ ਅਹਿੰਕਾਰ ਸਿੰਘ ਜੀ ਬੜੇ ਮੰਜੇ ਹੋਏ ਕੀਰਤਨੀ ਹਨ, ਸਤਿਗੁਰ ਦੀ ਇਹਨਾਂ 'ਤੇ ਬੜੀ ਬਖਸ਼ਿਸ਼ ਹੈ, ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਦੂਰ ਦੂਰ ਤੱਕ ਇਹਨਾਂ ਨੂੰ ਸੰਗਤਾਂ ਜਾਣਦੀਆਂ ਹਨ, ਇਹ ਗੱਲ ਵੱਖਰੀ, ਇਹਨਾਂ ਮੁਲਕਾਂ ਵਿੱਚ ਆਣ ਕੇ ਹੀ ਥੋੜ੍ਹੇ ਜਿਹੇ ਸੀਮਿਤ ਹੋ ਜਾਂਦੇ ਹਨ, ਕੁਛ ਆਪਣੇ ਸਵਾਰਥ ਵਾਸਤੇ, ਕੁਛ ਪ੍ਰਬੰਧਕ ਕਮੇਟੀਆਂ ਦੀਆਂ ਜਿਹੜੀਆਂ ਪਾਬੰਦੀਆਂ ਹਨ ਉਹਨਾਂ ਦੀ ਵਜ੍ਹਾ ਕਰਕੇ। ਪਰ ਸਤਿਗੁਰ ਦੀ ਬਾਣੀ ਦੀ ਜੋ ਬਖਸ਼ਿਸ਼ ਹੈ ਉਹ ਅੱਜ ਵੀ ਹੈ, ਉਹ ਕੱਲ੍ਹ ਵੀ ਸੀ, ਕੱਲ੍ਹ ਵੀ ਰਹੇਗੀ, ਬਹੁਤ ਸਾਰੀ ਬਖਸ਼ਿਸ਼ ਕਰੇ। ਇਸੇ ਤਰ੍ਹਾਂ ਇਹ ਬੱਚੇ ਕੀਰਤਨ ਕਰਦੇ ਰਹਿਣ, ਸਾਡੀ ਬੇਟੀ ਡਿੰਪਲ ਨਾਲ ਸਾਥ ਦਿੰਦੀ ਹੈ, ਬਹੁਤ ਵਧੀਆ ਕੀਰਤਨ ਕਰਨ ਲੱਗ ਪਈ ਉਹ ਹੌਲੀ ਹੌਲੀ। ਇਹ ਨਾ ਤੁਸੀਂ ਜਿਹੜੇ ਤੁਹਾਡੇ ਬੱਚੇ ਹਨ ਨਾ ਜੀ, ਇਹ ਤੁਸੀਂ ਉਹਨਾਂ ਨੂੰ ਕੀਰਤਨ ਦੇ ਰਹੇ ਹੋ, ਇਹੀ ਸੰਸਕਾਰ ਬਣ ਜਾਣੇ ਨਾ ਜੀ। ਜਿਹਨਾਂ ਦੇ ਮਾਂ ਅਤੇ ਬਾਪ ਦੋਨੇ ਕੀਰਤਨੀ ਆਉਣ, ਤਾਂ ਕੁਦਰਤੀ ਗੱਲ ਹੈ ਬੱਚੇ ਵੀ ਅੱਗੇ ਕੀਰਤਨ ਨਾਲ ਜੁੜਨਗੇ, ਉਹਨਾਂ ਦੀਆਂ ਰਗਾਂ ਦੇ ਵਿੱਚ। ਮੇਰੇ ਪਿਤਾ ਜੀ ਕੀਰਤਨ ਕਰਦੇ ਸੀ, ਮੇਰੇ ਨਾਨਕਾ ਪਰਿਵਾਰ ਵੀ ਕੀਰਤਨ ਕਰਦਾ ਸੀ, ਮੇਰੇ ਦਾਦਕਾ ਪਰਿਵਾਰ ਵੀ ਕੀਰਤਨ ਕਰਦਾ ਸੀ। ਇਸ ਕਰਕੇ ਮੈਨੂੰ ਜਾਣਕਾਰੀ ਹੈ ਕਿ ਮੈਨੂੰ ਸੰਸਕਾਰਾਂ ਵਿੱਚ ਕੀਰਤਨ ਮਿਲਿਆ ਹੈ, ਮੇਰੀ ਆਪਣੀ ਬੁੱਧੀ ਨਾਲ ਮੈਂ ਕੀਰਤਨ ਨਹੀਂ ਬਣਦਾ। ਸੋ ਜੋ ਵੱਡਿਆਂ ਵਡੇਰਿਆਂ ਦੇ ਸੰਸਕਾਰ ਹੁੰਦੇ ਹਨ ਨਾ ਜੀ, ਉਹਨਾਂ ਦੀ ਦੇਣ ਹੁੰਦੀ ਹੈ। ਸੋ ਤੁਸੀਂ ਅੱਗੇ ਆਪਣੀ ਪੀੜ੍ਹੀ ਨੂੰ ਦੇਣ ਦੇ ਰਹੇ ਹੋ, ਸਤਿਗੁਰੂ ਬਖਸ਼ਿਸ਼ ਕਰੇ। ਭਾਈ ਲਾਲਕਨ ਸਿੰਘ ਜੀ, ਤੁਹਾਡਾ ਧੰਨਵਾਦ ਕਰਦਾ ਹਾਂ ਮੈਂ, ਕਿ ਬੜੀ ਦੇਰ ਤੋਂ ਮੈਨੂੰ ਹੁਕਮ ਕਰਦੇ ਸਨ ਕਿ ਮੈਂ ਦੇਹਰਾਦੂਨ ਵਾਸਤੇ ਜਿਹੜਾ ਮੈਨੂੰ ਹੁਕਮ ਕੀਤਾ, ਪਰ ਸਬੱਬ ਨਹੀਂ ਬਣਿਆ, ਇੱਥੇ ਸਬੱਬ ਬਣ ਗਿਆ, ਨਵਾਂ ਕਰ ਲਿਆ ਹੈ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਘਰ ਲਵੇ ਕੀਰਤਨੀਆਂ, ਗੱਡੀ ਲਵੇ, ਸੋਹਣੀ ਗੱਡੀ ਲਵੇ, ਵੱਡੀ ਗੱਡੀ ਲਵੇ, ਤਾਂ ਮੈਨੂੰ ਇਸ ਗੱਲ ਦੀ ਸਭ ਤੋਂ ਵੱਧ ਮੈਨੂੰ ਖੁਸ਼ੀ ਹੁੰਦੀ ਹੈ।
ਕਿਉਂਕਿ ਮੈਂ ਹਰ ਤਰ੍ਹਾਂ ਦਾ ਸੰਤਾਪ ਹੰਡਾਇਆ ਹੋਇਆ। ਸਾਡੀ ਇੱਕ ਫਿਤਰਤ ਹੈ, ਮੈਂ ਇੱਕ ਬੇਨਤੀ ਕਰਕੇ ਫਿਰ ਮੈਂ ਤੁਹਾਨੂੰ ਸੁਣਾਵਾਂਗਾ। ਕੀਰਤਨੀਆਂ ਕੋਲ, ਪ੍ਰਚਾਰਕਾਂ ਦੇ ਕੋਲ ਚੰਗਾ ਘਰ ਹੋਵੇ, ਚੰਗੀਆਂ ਗੱਡੀਆਂ ਹੋਣ, ਸੁੱਖ ਦੇ ਸਾਰੇ ਸਾਧਨ ਹੋਣ, ਤਾਂ ਅਕਸਰ ਮੈਂ ਦੇਖਦਾ ਹਾਂ ਲੋਕ ਕਹਿਣਗੇ ਲੈ ਕੱਲ੍ਹ ਇੱਥੇ ਸਾਡੇ ਟੁਕੜਿਆਂ 'ਚ ਪੜ੍ਹਦਾ ਸੀ, ਅੱਜ ਘਰ ਨਹੀਂ ਲੈ ਲਿਆ। ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਮੇਰੇ ਨਾਲ ਖੁਦ ਨਾਲ ਮੈਂ ਘਰ ਲਿਆ ਅਤੇ ਸਾਡੇ ਇੱਕ ਭੈਣ ਲੱਗਦੀ ਸੀਗੀ, ਉਹ ਜਦੋਂ ਉਹਨੇ ਆਉਣਾ ਉਦੋਂ ਮੈਨੂੰ ਉਹਨੇ ਕਹਿਣਾ, ਵੀਰ ਜੀ ਜਦੋਂ ਤੁਸੀਂ ਆਏ ਸੀ ਨਾ ਅਤੇ ਤੁਹਾਡੇ ਪੈਰਾਂ ਦੇ ਵਿੱਚ ਕੈਂਚੀ ਚੱਪਲਾਂ ਹੁੰਦੀਆਂ ਸੀਗੀਆਂ ਅਤੇ ਧੂੜ ਉੱਡਦੀ ਹੁੰਦੀ ਸੀ, ਤੁਹਾਡੀ ਪੱਗ 'ਤੇ ਪੈਂਦੀ ਹੁੰਦੀ, ਅੱਜ ਤੁਸੀਂ ਇੰਨਾ ਵੱਡਾ ਘਰ ਲੈ ਲਿਆ। ਚਾਰ ਪੰਜ ਸਾਲ ਸੁਣਦਾ ਰਿਹਾ, ਜਦੋਂ ਆਉਣਾ ਉਹਨੇ ਇਹ ਗੱਲ ਮੈਨੂੰ ਜ਼ਰੂਰ ਕਹਿਣੀ। ਪਰ ਮੈਂ ਇੱਕ ਦਿਨ ਮੈਂ ਕਿਹਾ ਭੈਣ ਜੀ ਵੀ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਚੱਪਲ ਹੀ ਪਾਵਾਂ, ਧੂੜ ਹੀ ਉੱਡੇ? ਮੈਂ ਕਿਹਾ ਧੂੜ ਉੱਡਣੀ ਨਹੀਂ ਕਿਉਂਕਿ ਮੈਂ ਸੜਕਾਂ ਪੱਕੀਆਂ ਹੋਈਆਂ, ਜਦੋਂ ਮੈਂ ਚੱਪਲ ਪਾਉਂਦਾ ਸੀ ਤਾਂ ਸੜਕਾਂ ਵੀ ਕੱਚੀਆਂ ਸੀ, ਅਤੇ ਹੁਣ ਮੈਂ ਜੁੱਤੀ ਪਾਉਣ ਲੱਗ ਪਿਆ, ਵੱਧ ਜੁੱਤੀ ਪਾਉਣ ਲੱਗ ਪਿਆ ਕਿਉਂਕਿ ਹੁਣ ਸੜਕਾਂ ਵੀ ਪੱਕੀਆਂ ਹੋਈਆਂ, ਮੈਂ ਧੂੜ ਕਿੱਥੋਂ ਲਿਆਵਾਂ? ਸੋ ਅੰਦਰ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਜਲਸ ਕੰਮ ਕਰਦੀ ਵੀ ਸਾਡਾ ਪ੍ਰਚਾਰਕ ਇੰਨਾ ਸੌਖਾ। ਮੈਂ ਇੱਕ ਬੇਨਤੀ ਕਰਦਾ ਇਹਨਾਂ ਸਮੇਂ ਵਿੱਚ, ਸਾਡੇ ਜਿੰਨੇ ਪ੍ਰਚਾਰਕ ਹਨ, ਮੈਂ ਹੋਵਾਂ ਜਾਂ ਭਾਈ ਪਿੰਦਰਪਾਲ ਸੋਰਾਂ, ਮੈਂ ਕਦੇ ਪੁੱਛ ਕੇ ਦੇਖੀ ਉਹਨਾਂ ਦਾ ਪਿਛੋਕਰ, ਗਰੀਬੀ ਵਿੱਚੋਂ ਨਿਕਲੇ ਹੋਏ। ਹੁਣ ਤਾਂ ਪੜ੍ਹੇ ਲਿਖੇ ਵੀ ਆਉਣ ਲੱਗ ਪਏ, ਪਹਿਲਾਂ ਨਹੀਂ ਤਾਂ ਜਿਹੜੇ ਅਨਪੜ੍ਹ ਸੀ ਨਾ ਘਰ ਦੇ ਵਿੱਚ, ਸਭ ਤੋਂ ਨਿਕੰਮਾ ਹੁੰਦਾ ਸੀਗਾ ਜਿਹੜਾ ਜੀ ਮੁੰਡਾ, ਉਹਨੂੰ ਕਹਿੰਦੇ ਇਹਨੂੰ ਗੁਰਦੁਆਰੇ ਦਾ ਭਾਈ ਬਣਾ, ਪਾਠ ਸਿੱਖ ਲਵੇ, ਪਾਠ ਕਰੇ ਆਪਣੇ, ਹੈ ਨਾ, ਇੰਝ ਹੁੰਦਾ ਸੀ ਨਾ, ਤੁਸੀਂ ਵੀ ਇੱਦਾਂ ਹੀ ਆਏ। ਮੈਂ ਕਈ ਵਾਰੀ ਮੈਂ ਜਿਹੜੇ ਸੰਪਰਦਾਵਾਂ ਹਨ ਡੇਰੇ ਹਨ ਉਹਨਾਂ ਦੇ ਵਿੱਚ ਬੱਚਿਆਂ ਨੂੰ ਕੀਰਤਨ ਸਿਖਾਉਣ ਦਾ ਪ੍ਰਬੰਧ ਕੀਤਾ ਜਾਂਦਾ ਅਤੇ ਉੱਥੇ ਇਹ ਗੱਲ ਅਕਸਰ ਆਖੀ ਜਾਂਦੀ, ਅਸੀਂ ਗਰੀਬਾਂ ਦੇ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਹਾਂ, ਗਰੀਬਾਂ ਦੇ ਬੱਚਿਆਂ ਨੂੰ ਕੋਈ ਕੀਰਤਨ ਦਾ ਉਸਦੀ ਜ਼ਰੂਰਤ ਧਿਆਨ ਰੱਖਣਾ ਇਸ ਗੱਲ ਦਾ, ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ, ਇਸ ਦਾ ਕੋਈ ਦੂਸਰਾ ਅਰਥ ਨਾ ਕੱਢਿਓ। ਗੁਰੂ ਨਾਨਕ ਦੇਵ ਜੀ ਜਿਸ ਵੇਲੇ ਗਏ ਨਾ ਜੀ 20 ਰੁਪਈਏ ਲੈ ਕੇ ਵਪਾਰ ਕਰਨ ਵਾਸਤੇ, ਭਲੇ ਲੋਕ ਕੁਛ ਸਾਧੂ ਮਿਲੇ, ਕੁਛ ਫਕੀਰ ਮਿਲੇ, ਅਤੇ ਗੁਰੂ ਸਾਹਿਬ ਉਹਨਾਂ ਨੂੰ ਕਹਿਣ ਲੱਗੇ ਤੁਸੀਂ ਕੌਣ ਹੋ, ਕਿੱਥੋਂ ਆਏ? ਉਹ ਕਹਿੰਦੇ ਜੀ ਉਹ ਬਾਅਦ ਵਿੱਚ ਦੱਸਾਂਗੇ, ਪਹਿਲਾਂ ਤਾਂ 5-6 ਦਿਨ ਦੇ ਅਸੀਂ ਭੁੱਖੇ ਹਾਂ, ਸਾਨੂੰ ਰੋਟੀ ਖਾਓ। ਇਸ ਦਾ ਮਤਲਬ ਇਹ ਹੈ ਕਿ ਜਿਸ ਨੂੰ ਤੁਸੀਂ ਗੱਲ ਸੁਣਾਉਣੀ ਹੈ ਉਸਦਾ ਪਹਿਲਾਂ ਰੋਟੀ ਦਾ ਪ੍ਰਬੰਧ ਕਰੋ। ਇਹੀ ਕਾਰਨ ਹੈ ਗੁਰੂ ਘਰ ਦੀ ਮਰਿਆਦਾ ਹੈ, ਪਹਿਲੇ ਪੰਗਤ ਪਾਤਸ਼ਾਹ ਸੰਗਤ, ਕਿ ਪਹਿਲਾਂ ਤੂੰ ਤਨ ਦੀ ਜਿਹੜੀ ਖੁਰਾਕ ਆ ਉਹ ਖਾ ਕੇ ਆ ਤਾਂ ਮੇਰੀ ਗੱਲ ਸੁਣੇਗਾ, ਅਤੇ ਜੇ ਭੁੱਖਾ ਹੋਇਆ ਤਾਂ ਧਿਆਨ ਤੇ ਲੰਗਰ ਵਿੱਚ ਹੀ ਰਹੇਗਾ ਕਦੋਂ ਲੰਗਰ ਖੁੱਲੇਗਾ। ਸੋ ਗਰੀਬ ਘਰਾਂ ਦੇ ਵਿੱਚ ਆਉਣ ਵਾਲਾ ਪ੍ਰਚਾਰਕ ਜਿਹੜਾ ਹੈ ਉਹ ਸਮਝੌਤੇ ਕਰੇਗਾ, ਸਿਧਾਂਤ ਨੂੰ ਕਮਜ਼ੋਰ ਕਰੇਗਾ, ਅਰਥ ਨੂੰ ਕਮਜ਼ੋਰ ਕਰੇਗਾ, ਬਾਣੀ ਦਾ ਅਨਰਥ ਕਰੇਗਾ,
ਕਿਉਂਕਿ ਉਹ ਦੇਖੇਗਾ ਕਿ ਸਾਹਮਣੇ ਜਿਹੜਾ ਬੈਠਾ ਹੈ, ਜਿਸ ਨੇ ਮੈਨੂੰ ਸੱਦਿਆ ਹੈ, ਜਿਸ ਦੀਆਂ ਮੈਂ ਹਦਾਇਤਾਂ 'ਤੇ ਕੀਰਤਨ ਕਰ ਰਿਹਾ ਹਾਂ, ਉਹ ਇਸ ਸੰਪਰਦਾ ਨੂੰ ਮੰਨਦਾ ਹੈ, ਇਸ ਧਰਮ ਨੂੰ ਮੰਨਦਾ ਹੈ। ਮੈਂ ਬੇਨਤੀ ਕਰਾਂ, ਰਾਮ ਸ਼ਬਦ ਬਹੁਤ ਵੱਡਾ ਹੈ, ਕੋਈ ਸ਼ੱਕ ਨਹੀਂ, ਪਰ ਜਦੋਂ ਕਿਤੇ ਸਾਨੂੰ ਕੋਈ ਹੁਕਮ ਕਰਦਾ ਨਾ ਕਿ ਉਹ ਫਲਾਨਾ ਰਾਮ ਵਾਲਾ ਸ਼ਬਦ ਸੁਣਾਓ, ਉਹਨਾਂ ਦੇ ਮਨ ਦੇ ਅੰਦਰ ਇਹ ਹੁੰਦਾ ਅਯੁੱਧਿਆ ਦੇ ਜਿਹੜੇ ਵਾਸੀ ਰਾਮ ਚੰਦਰ ਉਹਨਾਂ ਵਾਸਤੇ। ਪਰ ਗੁਰਬਾਣੀ ਦੇ ਵਿੱਚ ਭੇਦ ਹੈ ਵੱਖਰਾ ਵੱਖਰਾ, ਰਾਮ ਕਹਿਣ ਵਿੱਚ ਭੇਦ ਹੈ। ਇੱਕ ਅਯੁੱਧਿਆ ਦੇ ਵਾਸੀ ਹਨ, ਜਿਸ ਰਾਮ ਦੀ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੱਲ ਕੀਤੀ ਹੈ, ਉਹ ਰਾਮ ਉਹ ਹੈ ਜਿਹੜਾ ਸਰਵ ਵਿਆਪਕ ਹੈ, ਹਰ ਜ਼ਰੇ ਵਿੱਚ ਰਮਿਆ ਹੋਇਆ। ਉਹ ਰਾਮ ਹੈ ਜਿਹੜਾ ਜੂਨ ਵਿੱਚ ਨਹੀਂ ਆਉਂਦਾ, ਉਹ ਰਾਮ ਹੈ ਜਿਸ ਦੀ ਤਸਵੀਰ ਨਹੀਂ ਬਣ ਸਕਦੀ, ਉਹ ਰਾਮ ਹੈ ਜਿਹੜਾ ਸਾਨੂੰ ਕਿਸੇ ਰੂਪ ਵਿੱਚ ਇੱਕ ਰੂਪ ਵਿੱਚ ਨਜ਼ਰ ਨਹੀਂ ਆ ਸਕਦਾ। ਪਰ ਸਮਝੌਤਾ ਕਰਨ ਵਾਲੇ, ਉਹਨਾਂ ਨੂੰ ਖੁਸ਼ ਕਰਨ ਵਾਲੇ, ਮੈਂ ਇਸ ਤਰ੍ਹਾਂ ਦਾ ਵੀ ਦੇਖਿਆ, ਕਿਉਂਕਿ ਜ਼ਿਹਨੀ ਤੌਰ 'ਤੇ ਉਹ ਬਿਮਾਰ ਹੈ, ਉਹ ਕਮਜ਼ੋਰ ਹੈ, ਉਹ ਗਰੀਬ ਹੈ। ਅਤੇ ਮੈਂ ਅਕਸਰ ਇੱਕ ਬੇਨਤੀ ਕਰਦਾ ਰਹਿੰਦਾ ਕਿ ਬਿਹਤਰ ਇਹ ਹੈ ਕਿ ਅਸੀਂ ਕਮਜ਼ੋਰ ਲੋਕ ਪ੍ਰਚਾਰਕ ਬਣੀਏ, ਅਸੀਂ ਇਸ ਨੂੰ ਖਿਮਾ ਕਰਨਾ। ਮੈਂ ਜਿਹੜੀ ਗੱਲ ਕਰ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਕਿ ਕੀਰਤਨੀਆਂ ਸਾਰੇ ਮਾੜੇ ਹਨ, ਪ੍ਰਚਾਰਕ ਸਾਰੇ ਮਾੜੇ ਹਨ। ਮੈਂ ਸਿਰਫ ਇੰਨੀ ਬੇਨਤੀ ਕਰਦਾ ਕਿ ਜਿਹੜੇ ਸਾਡੇ ਅੱਜ ਹਾਲਾਤ ਬਣੇ ਹਨ ਨਾ ਜੀ, ਉਹ ਹਾਲਾਤ ਵੀ ਇਸ ਕਰਕੇ ਬਣੇ ਹਨ ਕਿਉਂਕਿ ਸਾਡਾ ਪ੍ਰਚਾਰਕ ਸਮਝੌਤੇ ਕਰ ਰਿਹਾ। ਚਾਹੇ ਮੈਂ ਕੀਰਤਨੀਆਂ ਦੇ ਰੂਪ ਵਿੱਚ ਹਾਂ, ਚਾਹੇ ਮੈਂ ਢਾਡੀ ਦੇ ਰੂਪ ਵਿੱਚ ਹਾਂ, ਚਾਹੇ ਮੈਂ ਕਥਾਵਾਚਕ ਦੇ ਰੂਪ ਵਿੱਚ ਹਾਂ, ਅਸੀਂ ਵਾਤਾਵਰਨ ਦੇਖਦੇ ਹਾਂ, ਅਸੀਂ ਮਾਹੌਲ ਦੇਖਦੇ ਹਾਂ, ਅਸੀਂ ਉਹ ਦੇਖਦੇ ਹਾਂ ਸੰਗਤ ਵਿੱਚ ਕੌਣ ਬੈਠਾ ਹੋਇਆ, ਕਿਤੇ ਮੇਰੇ 'ਤੇ ਕਿਸੇ ਤਰ੍ਹਾਂ ਦੀ ਕੋਈ ਤਰਕ ਨਾ ਹੋਵੇ। ਇਸ ਕਰਕੇ ਅਸੀਂ ਜਾਣ ਬੁੱਝ ਕੇ ਵੀ ਕਈ ਵਾਰੀ ਗੱਲ ਨੂੰ ਜਾਣਦੇ ਨਹੀਂ ਹੁੰਦੇ, ਮਨ ਜਾਣ ਤਾਂ ਸਭ ਬਾਤ ਜਾਣ 'ਤੇ ਹੀ ਓਪਨ ਕਰੇ। ਸੋ ਕਿਉਂਕਿ ਅਸੀਂ ਗਰੀਬੀ 'ਚੋਂ ਨਿਕਲੇ ਹੋਏ ਹਾਂ, ਤਾਂ ਗਰੀਬ ਸਭ ਤੋਂ ਪਹਿਲਾਂ ਇਹ ਦੇਖੇਗਾ ਕਿ ਮੇਰੀ ਰੋਟੀ ਦਾ ਇੰਤਜ਼ਾਮ ਹੈ। ਇਸ ਕਰਕੇ ਉਹ ਠੋਸ ਗੱਲ ਵੀ ਨਹੀਂ ਕਰੇਗਾ, ਸਿਧਾਂਤਕ ਗੱਲ ਵੀ ਨਹੀਂ ਕਰੇਗਾ। ਮੇਰਾ ਇਹ ਕਹਿਣਾ ਹੁੰਦਾ ਕਿ ਅਸੀਂ ਗਰੀਬ ਘਰਾਂ ਵਿੱਚੋਂ ਨਾ ਲਿਆਈਏ ਕੀਰਤਨੀ ਪ੍ਰਚਾਰਕ, ਅਮੀਰਾਂ ਦੇ ਘਰਾਂ ਵਿੱਚੋਂ ਪੜ੍ਹਾ ਲਿਖਾ ਕੇ ਡਿਗਰੀਆਂ ਵਾਲੇ ਪ੍ਰਚਾਰਕ ਲੈ ਕੇ ਆਈਏ, ਜਿਹੜੇ ਕਿਸੇ ਦੀ ਜੇਬ ਵੱਲ ਨਾ ਦੇਖਣ ਵੀ ਇਹ ਆਪਣੀ ਜੇਬ ਵਿੱਚੋਂ ਕੀ ਕੱਢ ਰਿਹਾ ਹੈ, ਇਹ ਮੈਨੂੰ ਕੀ ਦਏਗਾ। ਗੁਰਦੁਆਰਿਆਂ ਦੇ ਵਿੱਚ ਪ੍ਰਚਾਰਕਾਂ ਦੀ ਤਨਖਾਹ ਜਿਹੜੀ ਹੈ ਨੀਅਤ ਹੋਣੀ ਚਾਹੀਦੀ ਹੈ। ਮੈਨੂੰ ਮੈਂ ਤਕਰੀਬਨ 10 ਸਾਲ ਨੌਕਰੀ ਕੀਤੀ ਹੈ, ਮੈਨੂੰ ਪਤਾ ਹੈ ਜਦੋਂ ਵੀ ਕਿਤੇ ਪ੍ਰਬੰਧਕ ਜਿੱਥੇ ਮੈਂ ਨੌਕਰੀ ਕੀਤੀ, ਪਹਿਲਾਂ ਮੈਨੂੰ ਕਹਿੰਦੇ ਸੀ ਜੀ ਇੰਨੀ ਤਨਖਾਹ ਦੇਣੀ ਹੈ, ਰਹਿਣਾ ਤਾਂ ਰਹੋ, ਕਿਤੇ ਹੋਰ ਬੜੇ ਤੇਰੇ ਵਰਗੇ, ਇਹ ਸ਼ਬਦ ਹੁੰਦੇ ਸੀ ਪ੍ਰਬੰਧਕ ਕਮੇਟੀਆਂ ਦੇ, ਕੌੜੇ ਸ਼ਬਦ ਸੁਣਨੇ ਪਏ ਅੱਖਾਂ ਵਿੱਚ, ਕੰਨਾਂ ਵਿੱਚ ਅਜੇ ਵੀ ਰੜਕਦੇ ਹਨ। ਸੋ ਅਜਿਹੇ ਹਾਲਾਤਾਂ ਦੇ ਵਿੱਚੋਂ ਅਸੀਂ ਕੀਰਤਨੀਆਂ ਸਾਰੇ ਨਿਕਲੇ ਹੋਏ ਹਾਂ, ਪਰ ਸਤਿਗੁਰ ਬਖਸ਼ਿਸ਼ ਕਰੇ, ਮੈਂ ਅੱਜ ਦੇ ਸਮੇਂ ਦੇ ਬਦਲਦੇ ਯੁੱਗ ਦੇ ਵਿੱਚ ਕੀਰਤਨੀਆਂ ਦੇ ਸੋਹਣੇ ਘਰ ਦੇਖ ਕੇ ਮੈਨੂੰ ਬੜੀ ਖੁਸ਼ੀ ਹੁੰਦੀ। ਇੱਕ ਮੈਂ ਹੋਰ ਗੱਲ ਸੁਣਾ ਕੇ, ਜਿਵੇਂ ਗੱਲਾਂ ਮੈਨੂੰ ਬਹੁਤ ਆਉਂਦੀਆਂ, ਭਾਈ ਸਾਹਿਬ ਜਿਵੇਂ ਕਹਿੰਦੇ ਨਾ ਵੀ ਇਹਨਾਂ ਦਾ ਤਜਰਬਾ ਇਹੋ ਹੀ ਹੁੰਦਾ, ਤਜਰਬਾ ਜ਼ਿੰਦਗੀ ਦੀ ਇੱਕ ਵੱਡੀ ਕਿਤਾਬ ਬਣ ਜਾਂਦੀ ਨਾ, ਜਿਵੇਂ ਜਿਵੇਂ ਉਮਰ ਬੀਤਦੀ ਜਾਂਦੀ ਹੈ ਤਿਵੇਂ ਤਿਵੇਂ ਤੁਸੀਂ ਕਿਤਾਬ 'ਤੇ ਲਿਖੀ ਜਾਂਦੇ ਹੋ, ਤੁਹਾਡੀ ਜ਼ਿੰਦਗੀ ਇੱਕ ਆਪਣੇ ਆਪ ਵਿੱਚ ਇਤਿਹਾਸ ਬਣਦੀ ਜਾਂਦੀ, ਕਿਤਾਬ ਬਣਦੀ ਜਾਂਦੀ। ਭਾਈ ਨਿਰਮਲ ਸਿੰਘ ਖਾਲਸਾ ਜੀ ਵਾਹਿਗੁਰੂ ਦੇ ਹੁਕਮ ਅਨੁਸਾਰ ਚਲੇ ਗਏ ਸੰਸਾਰ ਵਿੱਚ, ਮੇਰਾ ਖਿਆਲ ਉਹਨਾਂ ਦੀ ਕੱਲ੍ਹ 4 ਸਾਲ ਹੋ ਗਏ ਨਾ, ਉਹਨਾਂ ਨੂੰ ਪਦਮ ਸ਼੍ਰੀ ਸਨਮਾਨਿਤ ਸਨਮਾਨ ਮਿਲਿਆ।
ਭਾਰਤ ਸਰਕਾਰ ਵੱਲੋਂ ਸਨਮਾਨ ਦਿੱਤਾ ਗਿਆ। ਹਾਲਾਂਕਿ ਮੇਰੇ ਉਹਨਾਂ ਦੇ ਵਿਚਾਰ ਬਿਲਕੁਲ ਨਹੀਂ ਸੀ ਰਲਦੇ, ਉਹ ਹਰ ਵੇਲੇ ਹਰ ਤਰ੍ਹਾਂ ਮੇਰਾ ਵਿਰੋਧ ਕਰਦੇ ਸਨ, ਕਿਉਂਕਿ ਮੈਂ ਹਲਕਾ ਫੁਲਕਾ ਕੀਰਤਨ ਕਰਦਾ ਸੀਗਾ ਤਰਜ਼ਾਂ 'ਤੇ, ਉਹ ਕਲਾਸੀਕਲ ਜਾਣਦੇ ਸੀਗੇ, ਹਾਲਾਂਕਿ ਮੇਰੇ ਗੁਰੂ ਭਾਈ ਸਨ, ਮੇਰੇ ਨਾਲ ਪਿਆਰ ਵੀ ਬਹੁਤ ਕਰਦੇ ਸਨ। ਪਰ ਜਿੱਥੇ ਗੱਲ ਸਿਧਾਂਤ ਦੀ ਸੀ, ਮੈਂ ਉਹਨਾਂ ਦੇ ਨਾਲ ਸਹਿਮਤ ਹਾਂ, ਸਿਧਾਂਤਕ ਕਰਕੇ ਉਹ ਮੇਰਾ ਵਿਰੋਧ ਵੀ ਕਰਦੇ ਸਨ। ਉਹਨਾਂ ਨੂੰ ਜਦੋਂ ਪਦਮ ਸ਼੍ਰੀ ਸਨਮਾਨ ਦੇ ਨਾਲ ਸਨਮਾਨਿਆ ਗਿਆ ਭਾਰਤ ਸਰਕਾਰ ਵੱਲੋਂ, ਮੈਨੂੰ ਬੜੀ ਖੁਸ਼ੀ ਹੋਈ। ਮੈਂ ਸ਼ਾਮ ਦੀਆਂ ਖਬਰਾਂ ਸੁਣੀਆਂ, ਤਾਂ PTC 'ਤੇ ਮੈਂ ਖਬਰ ਸੁਣੀ ਵੀ ਭਾਈ ਨਿਰਮਲ ਸਿੰਘ ਖਾਲਸਾ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ। ਮੈਨੂੰ ਬੜੀ ਖੁਸ਼ੀ ਹੋਈ। ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਭਾਅ ਜੀ ਕਿੱਥੇ? ਉਹ ਕਹਿੰਦੇ ਮੈਂ ਦਿੱਲੀ ਹਾਂ। ਮੈਂ ਕਿਹਾ ਤੁਹਾਨੂੰ ਸਨਮਾਨ ਮਿਲਿਆ, ਮੈਨੂੰ ਬੜੀ ਖੁਸ਼ੀ ਹੋਈ, ਅਤੇ ਮੈਂ ਤੁਹਾਨੂੰ ਵਧਾਈ ਦੇਣਾ। ਤਾਂ ਮੈਨੂੰ ਕਹਿਣ ਲੱਗੇ ਭਾਈ ਹਰਜਿੰਦਰ ਸਿੰਘ ਬੋਲ ਰਹੇ ਨਾ? ਮੈਂ ਕਿਹਾ ਹਾਂਜੀ। ਕਹਿੰਦੇ ਤੁਹਾਡਾ ਫੋਨ ਆਉਣਾ ਮੇਰੇ ਵਾਸਤੇ ਹੋਰ ਵੀ ਬਹੁਤ ਖੁਸ਼ੀ ਵਾਲੀ ਗੱਲ ਹੈ, ਪਰ ਮੈਨੂੰ ਕਿਸੇ ਵੀ ਕੀਰਤਨੀ ਨੇ, ਪ੍ਰਚਾਰਕ ਨੇ ਅਜੇ ਤੱਕ ਮੈਨੂੰ ਫੋਨ ਨਹੀਂ ਕੀਤਾ ਕਿ ਤੈਨੂੰ ਵਧਾਈ ਦੇਈਏ। ਮੈਂ ਕਿਹਾ ਤੁਸੀਂ ਉਹਨਾਂ ਨੂੰ ਛੱਡੋ, ਮੈਂ ਤੁਹਾਨੂੰ ਵਧਾਈ ਦੇ ਰਿਹਾ, ਅਤੇ ਇਹ ਦੱਸੋ ਵੀ ਤੁਸੀਂ ਪੰਜਾਬ ਕਦੋਂ ਆਉਣਾ? ਕਹਿੰਦੇ ਮੈਂ ਕੱਲ੍ਹ ਸਵੇਰੇ ਸ਼ਤਾਬਦੀ 'ਤੇ ਆ ਰਿਹਾ। ਮੈਂ ਕਿਹਾ ਅਸੀਂ ਤੁਹਾਨੂੰ ਲੁਧਿਆਣੇ ਰੋਕ ਕੇ, ਜਦੋਂ ਸ਼ਤਾਬਦੀ 2 ਮਿੰਟ ਰੁਕਦੀ ਹੈ, ਤੁਹਾਨੂੰ ਅਸੀਂ ਸਨਮਾਨਿਤ ਕਰ ਲਵਾਂਗੇ। ਮੈਂ ਭਾਈ ਕਿੰਦਰਪਾਲ ਸਿੰਘ ਜੀ, ਭਾਈ ਪਰਮਜੀਤ ਸਿੰਘ ਖਾਲਸਾ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਕਿਹਾ ਭਾਈ ਸਾਹਿਬ ਉਹਨਾਂ ਨੂੰ ਸਨਮਾਨ ਮਿਲਿਆ ਪਦਮ ਸ਼੍ਰੀ ਦਾ, ਆਪਾਂ ਉਹਨਾਂ ਦਾ ਸਨਮਾਨ ਕਰਨਾ ਜੀ, ਐਨ ਕਹਿਣਾ ਕਿ ਪਦਮ ਸ਼੍ਰੀ ਲੈ ਕੇ ਵਾਪਸ ਆ ਰਹੇ। ਕੋਈ 40-50 ਸਿੰਘ ਅਸੀਂ ਨਾਲ ਲੈ ਕੇ ਸਵੇਰੇ ਉਹਨਾਂ ਨੂੰ ਉਹਨਾਂ ਦਾ ਗੁਲਦਸਤਾ ਦੇ ਕੇ ਅਸੀਂ ਉਹਨਾਂ ਨੂੰ ਪਿਆਰ ਦਿੱਤਾ ਜੋ ਵੀ ਸਾਡਾ। ਤਾਂ ਮੈਨੂੰ ਕਹਿੰਦੇ ਯਾਰ ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਿਹਾ ਮੈਨੂੰ ਇਸ ਕਰਕੇ ਨਹੀਂ ਖੁਸ਼ੀ ਹੋਈ ਕਿ ਭਾਈ ਨਿਰਮਲ ਸਿੰਘ ਖਾਲਸਾ ਨੂੰ ਸਨਮਾਨ ਮਿਲਿਆ। ਕਹਿੰਦੇ ਫਿਰ ਤੈਨੂੰ ਕਿਹੜੀ ਗੱਲ ਦੀ ਖੁਸ਼ੀ? ਮੈਂ ਕਿਹਾ ਮੈਨੂੰ ਇਸ ਕਰਕੇ ਖੁਸ਼ੀ ਮਿਲੀ ਕਿ ਭਾਈ ਨਿਰਮਲ ਸਿੰਘ ਖਾਲਸਾ ਇੱਕ ਕੀਰਤਨੀ ਹੈ, ਅਤੇ ਕੀਰਤਨੀਆਂ ਦੀ, ਪ੍ਰਚਾਰਕਾਂ ਦੀ ਸ਼੍ਰੇਣੀ ਦਾ ਇਹ ਮਾਣ ਬਣਿਆ ਜੋ ਤੁਹਾਨੂੰ ਪਦਮ ਸ਼੍ਰੀ ਸਨਮਾਨ ਦੇ ਨਾਲ ਸਨਮਾਨਿਆ ਗਿਆ। ਸਾਡਾ ਕੀਰਤਨੀਆਂ ਦਾ ਸਨਮਾਨ ਹੋਇਆ, ਸਾਡਾ ਪ੍ਰਚਾਰਕਾਂ ਦਾ ਸਨਮਾਨ ਹੋਇਆ, ਤੁਹਾਨੂੰ ਐਡਾ ਵੱਡਾ ਸਨਮਾਨ ਦਿੱਤਾ। ਇਹਦਾ ਮਤਲਬ ਹੈ ਕਿ ਅਸੀਂ ਉਹ ਲੈਵਲ ਜਿਹੜਾ ਸਾਡਾ ਬਿਲਕੁਲ ਜ਼ਮੀਨ 'ਤੇ ਸੀਗੇ, ਜਿਹੜਾ ਸਾਨੂੰ ਇਹ ਸਮਝਿਆ ਜਾਂਦਾ ਸੀਗਾ ਕਿ ਗਰੀਬ ਗੁਰਬੇ ਜਿਹੜੇ ਕੀਰਤਨੀ ਬਣਦੇ ਹਨ, ਉਹ ਅੱਜ ਉੱਪਰ ਹੋ ਗਿਆ, ਹਿੰਦੁਸਤਾਨ ਦੀ ਸਰਕਾਰ ਦੀਆਂ ਨਜ਼ਰਾਂ ਵਿੱਚ ਆ ਗਿਆ। ਇਸ ਦਾ ਮਤਲਬ ਕੀਰਤਨੀਆਂ ਬਹੁਤ ਵੱਡਾ ਰੁਤਬਾ ਰੱਖਦਾ ਹੈ। ਗੁਰੂ ਘਰ ਦੇ ਵਿੱਚ ਤਾਂ ਪਹਿਲਾਂ ਹੀ ਵਡਿਆਈ ਦਿੱਤੀ ਗਈ, ਅੱਜ ਸੰਸਾਰਕ ਤੌਰ 'ਤੇ ਵੀ ਮੈਂ ਕਿਹਾ ਵਡਿਆਈ ਦਿੱਤੀ, ਮੈਂ ਤੁਹਾਡਾ ਇਸ ਕਰਕੇ ਸਨਮਾਨ ਕਰਦਾ। ਸੋ ਮੈਨੂੰ ਬੜੀ ਖੁਸ਼ੀ ਹੋਈ ਭਾਈ ਲਾਖਨ ਸਿੰਘ ਹੋਰਾਂ ਨੂੰ, ਸੋਹਣਾ ਘਰ ਸਤਿਗੁਰੂ ਨੇ ਦਿੱਤਾ, ਬੱਚੇ ਕਾਰੋਬਾਰ ਕਰਦੇ ਹਨ, ਇਹ ਹੋਣਾ ਚਾਹੀਦਾ ਹੈ, ਕਿਉਂਕਿ ਸੁੱਖ ਦੇ ਸਾਧਨ ਤਾਂ ਸਭ ਨੂੰ ਚਾਹੀਦੇ ਹਨ, ਕੀਰਤਨੀਆਂ ਨੇ ਵੀ ਚਾਹੀਦੇ ਹਨ। ਮੈਂ ਤੁਹਾਨੂੰ ਬੇਨਤੀ ਕਰਾਂ, ਤੁਹਾਡੇ ਨਾਲੋਂ ਸਾਡਾ ਕੱਪੜਿਆਂ ਦਾ ਖਰਚਾ ਜ਼ਿਆਦਾ, ਪਤਾ ਕਿਉਂ? ਅਸੀਂ ਜਿਹੜਾ ਇੱਕ ਵਾਰੀ ਸੂਟ ਪਾ ਲੈਂਦੇ ਉਹਨੂੰ ਧੋਣਾ ਪੈਂਦਾ, ਕਿੰਨਾ 'ਤੇ ਸਾਬਣ ਲੱਗ ਜਾਂਦਾ, ਸਾਫ਼ ਸੁਥਰੇ ਰਹਿਣਾ ਪੈਂਦਾ ਸੀ। ਤੁਸੀਂ ਤਾਂ ਭਾਵਾਂ ਇੱਕ ਕਮੀਜ਼ ਨੂੰ 3 ਦਿਨ ਵੀ ਪਾ ਲਓ, ਸਾਨੂੰ ਸਵੇਰੇ ਕੀਰਤਨ ਕੀਤਾ, ਸ਼ਾਮ ਨੂੰ ਨਵੇਂ ਪਾਉਣੇ ਪੈਂਦੇ, ਬੜਾ ਖਰਚਾ ਜੀ ਛੋਟਾ ਛੋਟਾ ਸਾਰੇ ਹੀ। ਪਰ ਸਰਫ ਮੈਨੂੰ ਸਸਤਾ ਨਹੀਂ ਮਿਲਦਾ, ਸਾਬਣ ਮੈਨੂੰ ਬਾਜ਼ਾਰ ਵਿੱਚ ਸਸਤਾ ਨਹੀਂ ਮਿਲਦਾ। ਮੈਂ ਜਦੋਂ ਖਰੀਦਣ ਜਾਵਾਂਗਾ ਨਾ ਜੀ, ਉਸੇ ਭਾਅ 'ਤੇ ਮਿਲੇਗਾ ਜਿਸ ਭਾਅ 'ਤੇ ਤੁਹਾਨੂੰ ਮਿਲੇਗਾ। ਦੁੱਧ ਦੀ ਬੋਤਲ ਖਰੀਦਣ ਜਾਓਗੇ ਜਿਸ ਭਾਅ 'ਤੇ ਆਮ ਬੰਦੇ ਨੂੰ ਮਿਲਦਾ, ਉਸੇ ਭਾਅ 'ਤੇ ਮੈਨੂੰ ਮਿਲੇਗਾ। ਜ਼ਰੂਰਤਾਂ ਸਭ ਦੀਆਂ ਇੱਕੋ ਜਿਹੀਆਂ ਹਨ, ਤਾਂ ਸਭ ਦੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ, ਚਾਹੇ ਪ੍ਰਚਾਰਕ ਹੋਣ, ਚਾਹੇ ਕੀਰਤਨੀਆਂ ਹੋਣ, ਢਾਡੀ ਹੋਣ, ਆਮ ਦੂਸਰੇ ਵੀ ਸਭ ਸਾਰੇ, ਆਪਾਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਕੰਮ ਕਰਦੇ ਹਾਂ ਨਾ ਸਰ। ਤਾਂ ਸਤਿਗੁਰੂ ਬਖਸ਼ਿਸ਼ ਕਰੇ, ਮੈਂ ਗੱਲਾਂ ਬਹੁਤ ਕੀਤੀਆਂ,
ਅੱਜ ਸਭ ਰਿਤੇ ਕਹਿੰਦੇ ਸੀ ਮੈਨੂੰ ਕੋਈ ਗੱਲਾਂ ਮੈਂ ਬਹੁਤੀਆਂ ਨਹੀਂ ਕਰਨੀਆਂ, ਪਰ ਮੈਂ ਬਹੁਤ ਕੀਤੀਆਂ, ਬਹੁਤ ਵਧੀਆ। ਔਰ ਮੈਨੂੰ ਮਾਫ਼ ਵੀ ਕਰਿਓ, ਕਈ ਵਾਰ ਕਹਿੰਦੇ ਤੈਨੂੰ ਕੀਰਤਨ ਲਈ ਬੁਲਾਇਆ, ਤੁਸੀਂ ਇੰਨੀਆਂ ਗੱਲਾਂ ਕਰ ਦਿੱਤੀਆਂ, ਟਾਈਮ ਖਰਾਬ ਕਰ ਦਿੱਤਾ ਸਾਡਾ। ਹੁਣ ਮੈਂ ਤੁਹਾਨੂੰ ਕੀਰਤਨ ਵੀ ਸੁਣਾਵਾਂਗਾ। ਸਤਿਗੁਰੂ ਬਖਸ਼ਿਸ਼ ਕਰੇ, ਗੱਲਾਂ ਕਰਨੀਆਂ ਵੀ ਜ਼ਰੂਰੀ ਸਨ ਕਿਉਂਕਿ ਮੈਂ ਕੀਰਤਨੀਆਂ ਦੇ ਘਰ ਆਇਆ ਤਾਂ ਸਾਰੇ ਤੁਸੀਂ ਕੀਰਤਨੀਆਂ ਬੈਠੇ। ਔਰ ਕੀਰਤਨੀਆਂ ਵਿੱਚ ਕੀਰਤਨ ਕਰਨਾ ਬੜਾ ਔਖਾ ਜੀ, ਜੇ ਜ਼ਰਾ ਕੁ ਸੁਰ ਲੱਗ ਗਈ ਟੇਢੀ ਤਾਂ ਇਹ ਸੁਰ ਵਧੀਆ ਕਿਤੇ ਸੁਣਾਈ ਤਾਂ ਜਿਹੜਾ ਥੋੜ੍ਹਾ ਜਿਹਾ ਨਾਮਵਰ ਕੀਰਤਨੀ ਆ ਉਹਦੇ ਵਾਸਤੇ ਤਾਂ ਹੋਰ ਵੀ ਮੁਸ਼ਕਿਲ ਹੁੰਦੀ ਹੈ ਕਿਉਂਕਿ ਸਾਰਿਆਂ ਨੂੰ ਬੜੇ ਧਿਆਨ ਨਾਲ ਸੁਣਨਾ ਹੁੰਦਾ। ਮੈਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ ਅਤੇ ਇਸ ਕਰਕੇ ਤੁਹਾਡੀ ਉਮੀਦ ਤਾਂ ਪਤਾ ਨਹੀਂ ਖਰਾ ਉਤਰਾਂਗਾ ਕਿ ਨਹੀਂ ਉਤਰਾਂਗਾ। ਮੇਰੀਆਂ ਸੁਰਾਂ ਵੱਲ ਧਿਆਨ ਨਾ ਦਿਓ, ਮੇਰੀ ਆਵਾਜ਼ ਵੱਲ ਧਿਆਨ ਨਾ ਦਿਓ, ਮੈਂ ਕੀ ਗਾਉਣਾ ਹੈ ਉਸ ਵੱਲ ਧਿਆਨ ਦਿਓ। ਆਪਾਂ ਸ਼ਬਦ ਨਾਲ ਜੁੜਨਾ ਹੈ, ਸ਼ਬਦ ਦੇ ਕੀਰਤਨ ਨਾਲ ਜੁੜਨਾ ਹੈ। ਇਹ ਸ਼ਬਦ ਇਹ ਕੀਰਤਨ ਰੱਬ ਦੀ ਵਡਿਆਈ ਹੈ। ਤੁਸੀਂ ਸਾਰੇ ਸਮਝ ਨਾਲ ਆਓ ਜੀ, ਮੈਂ ਆਪ ਜੀ ਨੂੰ ਕੀਰਤਨ ਸੁਣਾਵਾਂ। ਮੰਗਣਾ ਮੰਗਣੀ ਕਾ ਹਰ ਜਸ ਗੁਰ ਤੇ
Thank you.
ਬੇਦ ਦਿਸਣ ਬਲਾ ਮੈਂ ਇਸ ਸ਼ਬਦ ਦਾ ਜਦੋਂ ਵੀ ਗਾਇਨ ਕਰਦਾ ਹਾਂ ਮੈਨੂੰ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਦੇ ਦਰਸ਼ਨ ਹੁੰਦੇ ਹਨ। ਅਤੇ ਮੈਂ ਕੋਈ ਅਵਸਥਾ ਦੀ ਗੱਲ ਨਹੀਂ ਕਰ ਰਿਹਾ, ਧਿਆਨ ਰੱਖਣਾ ਕਿਤੇ ਐਵੇਂ ਨਾ ਇਹ ਸਮਝ ਬੈਠੇ ਹੋ ਕਿ ਸ਼ਾਇਦ ਮੇਰੀ ਇੱਕ ਅਵਸਥਾ ਬਹੁਤ ਉੱਚੀ ਹੋ ਗਈ ਅਤੇ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਹਨ। ਨਹੀਂ, ਸਤਿਗੁਰਾਂ ਦਾ ਇਸ ਵਿੱਚ ਇੱਕ ਸਰੂਪ ਤੁਹਾਨੂੰ ਵੀ ਨਜ਼ਰ ਆਏਗਾ ਜਿਹੜਾ ਮੈਨੂੰ ਹੁੰਦਾ। ਸਾਦਗੀ, ਨਿਮਰਤਾ, ਪ੍ਰੇਮ, ਪਿਆਰ ਅਤੇ ਨੀਵਾਂਪਣ ਸਤਿਗੁਰਾਂ ਦਾ ਤਸਵੀਰ ਬਣ ਗਈ ਨਾ, ਇੱਕ ਪਿਆਰੀ ਤਸਵੀਰ ਬਣ ਜਾਂਦੀ ਨਾ।
ਆਪਾਂ ਕਿਸੇ ਬੰਦੇ ਨੂੰ ਨਾ ਦੇਖਿਆ ਹੋਵੇ, ਉਸਦਾ ਸੁਭਾਅ ਆਪਾਂ ਜਾਣਦੇ ਹੀ, ਕੋਈ ਬੰਦਾ ਗੱਲ ਕਰੇ ਵੀ ਫਲਾਣਾ ਬੰਦਾ ਬੜਾ ਮਿੱਠਾ ਬੋਲਦਾ ਹੈ, ਬੜਾ ਪਿਆਰਾ ਬੋਲਦਾ ਹੈ, ਬੜੀ ਨਿਮਰਤਾ ਵਿੱਚ ਰਹਿੰਦਾ, ਅਤੇ ਆਪਣੇ ਆਪ ਹੀ ਇੱਕ ਤਸਵੀਰ ਬਣ ਜਾਂਦੀ। ਉਹ ਤਸਵੀਰ ਮੇਰੇ ਸੰਕਲਪ ਵਿੱਚ, ਤੁਹਾਡੇ ਸੰਕਲਪ ਵਿੱਚ ਸ਼ਬਦ ਨੂੰ ਸੁਣਦੇ ਬਣ ਗਈ। ਤੋ ਮੈਂ ਉਹ ਤਸਵੀਰ ਦੇਖਦਾ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਹਰ ਆਰਾਧਨਾ ਜਾਣਾ ਰਹੇ, ਮੈਨੂੰ ਨਾ ਸਿਮਰਨ ਦੀ ਕੋਈ ਜੁਗਤ ਨਹੀਂ ਆਉਂਦੀ, ਕੋਈ ਤਰੀਕਾ ਨਹੀਂ ਆਉਂਦਾ। ਫਿਰ ਜੀ ਤੁਸੀਂ ਕੀ ਕਰਦੇ ਹੋ? ਕਹਿੰਦੇ ਹਰ ਹਰ ਗੁਰ ਗੁਰ ਕਰਤਾ ਰਹੇ, ਮੈਂ ਤਾਂ ਆਖੀ ਜਾਂਦਾ ਹਰੀ ਹਰੀ ਗੁਰੂ ਗੁਰੂ ਕਹੀ। ਅਤੇ ਲੋਕ ਮੈਨੂੰ ਕਹਿੰਦੇ ਹੈ ਇਹ ਰੱਬ ਦਾ ਬੰਦਾ, ਰਾਮ ਦਾ ਦਾਸ, ਹਰਜਨ ਬਣ ਗਿਆ, ਭਗਤ ਬਣ ਗਿਆ, ਉਸ ਮਾਲਕ ਦਾ ਸੇਵਕ ਬਣ ਗਿਆ। ਹਰ ਆਰਾਧਨਾ ਜਾਣਾ ਜੀ, ਹਰ ਹਰ ਗੁਰ ਗੁਰ ਕਰਤਾ ਰਹੇ, ਹਰ ਜੀਓ ਵਾਹਿਗੁਰੂ ਜੀ ਨਾਮ ਭਰਿਓ। ਰਾਮਦਾਸ ਮੇਰਾ ਨਾਮ ਪੈ ਗਿਆ, ਮੈਨੂੰ ਕਹਿੰਦੀ ਰਾਮ ਦਾ ਦਾਸ। ਇੰਝ ਕਹਿੰਦੇ ਨਾ ਜੀ, ਬੰਦਾ ਭਗਤ ਬਾਣੀ ਪੜ੍ਹਦਾ ਹੋਵੇ ਤਾਂ ਆਪਾਂ ਕਹਿੰਦੇ ਬੰਦਾ ਬੜਾ ਭਲਾ ਹੈ, ਹੈ ਨਾ, ਇੱਥੇ ਰੱਬ ਦਾ ਬੰਦਾ। ਕਹਿੰਦੇ ਮੇਰਾ ਨਾਮ ਪੈ ਗਿਆ। ਕਈ ਵਾਰੀ ਨਾ ਦੇਖਦਾ, ਅੱਜ ਕੱਲ੍ਹ ਨਾ ਕੈਂਪ ਲੱਗਦੇ ਆ ਸਿਮਰਨ ਦੀਆਂ ਜੁਗਤਾਂ ਸਿਖਾਉਣ ਵਾਸਤੇ, ਅਤੇ ਫਿਰ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਵੀ ਇਹਨੇ ਦਸਵੇਂ ਦੁਆਰ ਦੇ ਦਰਸ਼ਨ ਕਰ ਲਏ, ਇਹ ਪਹੁੰਚ ਗਿਆ। ਮੈਂ ਸਤਿਗੁਰ ਦੀ ਬਾਣੀ ਨੂੰ ਜਿਸ ਵੇਲੇ ਪੜ੍ਹਦਾ ਹਾਂ, ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ, ਆਦ ਤੋਂ ਲੈ ਕੇ ਅੰਤ ਤੱਕ, ਕਿਤੇ ਵੀ ਕੋਈ ਸਤਿਗੁਰਾਂ ਨੇ ਕੈਂਪ ਨਹੀਂ ਲਾਇਆ, ਨਾ ਕਿਤੇ ਜੁਗਤ ਸਿਖਾਈ। ਸਤਿਗੁਰਾਂ ਦੇ ਭਾਵ ਵਿੱਚ ਵਡਿਆਈ ਕਰਦੇ ਉਸ ਮਾਲਕ ਦੀ, ਅਤੇ ਆਪਣੇ ਆਪ ਨੂੰ ਮੂਰਖ, ਹਰ ਹਰ ਗੱਲ ਵਿੱਚ ਆਪਣੇ ਆਪ ਨੂੰ ਕਹਿੰਦੇ ਜੀ ਮੈਂ ਤਾਂ ਮੂਰਖ ਕੌਲਾ, ਮੈਨੂੰ ਨਹੀਂ ਸਮਝ ਲੱਗੀ, ਤੂੰ ਖੰਡਾ ਬ੍ਰਹਿਮੰਡਾਂ ਦਾ ਮਾਲਕ ਹੈ, ਸਾਰਿਆਂ ਨੂੰ ਦਿੰਦਾ ਰੋਜ਼ੀ ਦਿੰਦਾ, ਹਰ ਦੇ ਸੁੱਖ ਦੇ ਸਾਧਨ ਦਿੰਦਾ, ਪਰ ਮੈਂ ਇਸ ਗੱਲ ਨੂੰ ਮੂਰਖ ਨਹੀਂ ਜਾਣੇ, ਆਪਣੇ ਆਪ ਨੂੰ ਮੂਰਖ ਕਹਿੰਦੇ। ਅਤੇ ਜੇ ਮੈਂ ਥੋੜ੍ਹਾ ਬਹੁਤ ਜਾਣਕਾਰੀ ਰੱਖਦਾ ਹਾਂ, ਥੋੜ੍ਹੀ ਬਹੁਤੀ ਵੀ ਜਾਣਕਾਰੀ ਰੱਖਦਾ, ਤਾਂ ਮੈਂ ਆਕੜਿਆ ਕਰਦਾ, ਮੇਰੇ ਵਰਗਾ ਤਾਂ ਸਿਆਣਾ ਨਹੀਂ, ਸਾਰੇ ਕੌਲੇ ਬੈਠੇ। ਪਰ ਜਦੋਂ ਸਤਿਗੁਰੂ ਜਾਣ ਜਾਂਦੇ ਹਨ ਅਤੇ ਆਪਣੇ ਆਪ ਨੂੰ ਕਹਿੰਦੇ ਮੈਂ ਕਮਰਾ, ਸ਼ਬਦ ਵਿੱਚ ਧਿਆਨ ਰੱਖਿਓ, ਮਨ ਲੱਗੇਗਾ ਅਤੇ ਇੱਕ ਤਸਵੀਰ ਨਜ਼ਰ ਆਵੇਗੀ, ਧੰਨ ਗੁਰੂ ਅਰਜਨ ਦੇਵ ਜੀ ਦੀ। ਹਰ ਆਰਾਧਨਾ ਜਾਣਾ ਰੇ,
Hare Krishna, Hare Krishna, Krishna Krishna, Hare Hare.
har har guru
ਰਾਜ ਲੀਲਾ ਤੇਰਾ ਨਾਮ ਬਣਾਈ ਜੋ ਬਣਿਆ ਤੇਰਾ ਕੀਰਤਨ ਗਾਈ
ਜਾਂ ਕੋ
ਜਹੀ ਲਾਖਨ ਸਿੰਘ ਦਾ ਜਕਾਰਾ ਮਾੜਾ ਮੋਟਾ ਨਹੀਂ ਹੋਣਾ। ਸੋ ਇੱਥੇ ਹੀ ਕੀਰਤਨ ਦੀ ਸਮਾਪਤੀ ਹੈ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਮੈਨੂੰ ਮਾਣ ਦਿੱਤਾ। ਭਾਈ ਸਾਹਿਬ ਭਾਈ ਲਾਖਨ ਸਿੰਘ ਗੁਰਾਂ ਦਾ ਹਿਰਦੇ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਹਾਂ। ਔਰ ਮੈਂ ਪਹਿਲਾਂ ਜਦੋਂ ਬੇਨਤੀ ਕੀਤੀ ਸਾਰੇ ਤੁਸੀਂ ਕੀਰਤਨੀਏ ਹੋ, ਸੁਰ ਕਲਾਮ ਦੇ ਤੁਸੀਂ ਵਾਕਫ ਹੋ, ਮੈਂ ਤਾਂ ਸਧਾਰਨ ਜਿਹਾ ਕੀਰਤਨੀਆ ਹਾਂ। ਜਪਾਲ ਸਿੰਘ ਸੁਰ ਇੱਧਰ ਉੱਧਰ ਹੋ ਜਾਣਾ ਸੁਭਾਵਿਕ ਹੈ। ਮੈਨੂੰ ਇੰਝ ਲੱਗਦਾ ਹੈ ਕਿ ਭੁੱਖ ਨੂੰ ਤੁਹਾਨੂੰ ਸਾਰਿਆਂ ਨੂੰ ਲੱਗੀ ਹੁੰਦੀ ਤਾਂ ਹੀ ਕੁਛ ਕੁਸਰ ਹੋ ਗਏ। ਆਪ ਜੀ ਪਹਿਲਾਂ ਦੱਸ ਦਿੰਦੇ ਧੰਨਵਾਦ ਭਾਈ ਸਾਹਿਬ ਜੀ। ਸਮਾਂ ਵੀ ਹੋ ਗਿਆ ਇਸ ਕਰਕੇ ਇਹ ਲਾਗੇ ਬੈਠੇ ਤੁਸੀਂ ਪਹੁੰਚਣਾ ਉਹਨੇ ਤਿੰਨ ਦਿਨ ਉੱਠ ਪੈਣਾ। ਜਿਹੜੇ ਨੇੜੇ ਵਾਲੇ ਇਹਨਾਂ ਨੇ ਮੇਰੇ ਕੰਨਾਂ ਤੱਕ ਖੱਤੀ ਸੀਗੀ ਪਹੁੰਚ ਜਾਣਾ। ਮੈਂ ਕ੍ਰਿਸੀ ਆ ਰਿਹਾ ਪਰਸਨ ਨੂੰ ਉੱਥੇ ਆ ਜਾ। ਮੇਰਾ ਮੰਨਣਾ ਇਹ ਹੈ ਕਿ ਜਿਹੜਾ ਸਮਾਂ ਇੱਥੇ ਤੁਸੀਂ ਬੈਠੇ ਹੋ ਕੀਰਤਨ ਸੁਣ ਲੈਣਾ, ਗੁਰੂ ਦੀ ਬਾਣੀ ਸੁਣ ਲੈਣੀ, ਇਹੀ ਲੇਖੀ ਵਿੱਚ, ਬਾਕੀ ਤਾਂ ਲੰਗਰ ਪਾਣੀ ਛੱਕ ਕੇ ਅਸੀਂ ਭਾਈ ਸਾਹਿਬ ਜੀ ਬੱਲੇ ਬੱਲੇ ਕਰਕੇ ਹੀ ਚਲੇ ਜਾਣਾ। ਇਹ ਰਾਹ ਜਾਂਦਾ ਵੀ ਕਿਤੇ ਕੰਨ ਦੇ ਵਿੱਚ ਬਾਣੀ ਦੀ ਰੱਬ ਦੀ ਬੰਦਗੀ ਦੀ ਕਿਤੇ ਆਵਾਜ਼ ਪੈ ਜਾਵੇ ਨਾ ਜੀ, ਉਹ ਵੀ ਕਿਤੇ ਨਾ ਕਿਤੇ ਸਾਰੀ ਹੋ ਜਾਂਦੀ। ਸੋ ਇੱਕ ਕਾਹਲੇ ਨਾ ਪਿਆ ਕਰੋ। ਅਧੂਰਾ ਸ਼ਬਦ ਕਦੇ ਮੈਂ ਪੜ੍ਹਿਆ ਨਹੀਂ, ਮੈਂ ਸਾਰੇ ਗਾਵਾਂਗਾ ਜਾਂ ਨਹੀਂ ਗਾਵਾਂਗਾ ਤਾਂ ਸਾਰੇ ਗਾਵਾਂਗਾ। ਫੈਸਲਾ ਤੁਸੀਂ ਦੱਸੋ। ਸਿਮਰ 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 ਨਾਮ ਜੀਵਾਂ, ਤਨ ਮਨ ਹੋਏ ਨਿਹਾਲਾ, ਚਰਨ ਕਮਲ ਕਮਲ
Yeah.
ਬੇਨਤੀ ਕਰ ਲਾਂ? ਨਹੀਂ ਨਹੀਂ ਕਰੋ ਜੀ, ਕਰੋ 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 ਭਾਜੀ, ਟਾਈਮ ਜ਼ਿਆਦਾ ਹੋ ਜਾਂਦਾ। ਬਲਵਿੰਦਰ ਸਿੰਘ ਰੰਗੀਲਾ ਕੀਰਤਨ ਕਰਦੇ ਸੀ, ਉਸ ਸਮੇਂ ਤੋਂ ਵੱਧ ਸਮਾਂ ਲੱਗਿਆ ਜਿੱਦਾਂ ਮੈਂ ਲੱਗਿਆ। ਕਹਿੰਦੇ ਸਤਸੰਗ ਜੀ ਜਦੋਂ ਆਨੰਦ ਬਣਿਆ ਫਿਰ ਸਮੇਂ ਵੱਲ ਧਿਆਨ ਦਿੰਦੇ ਹਾਂ, ਤੇ ਸੋਢੀ ਸਾਹਿਬ ਕਹਿੰਦੇ ਆਨੰਦ ਤੁਹਾਡਾ ਬਣਿਆ ਹੋਇਆ, ਸਾਨੂੰ ਪੁੱਛ ਕੇ ਦੇਖੋ, ਜ਼ਰੂਰੀ ਨਹੀਂ ਸਾਰਿਆਂ ਦੇ ਆਨੰਦ ਬਣਿਆ ਹੋਵੇ, ਕਿਵਾ ਕਰਨੀ। ਮੈਂ ਭਾਈ ਸਾਹਿਬ ਰਣਜੀਤ ਸਿੰਘ ਦੀ ਬੇਨਤੀ ਕਰਨੀ, ਭਾਈ ਸਾਹਿਬ ਤੁਸੀਂ ਮੈਨੂੰ ਬਹੁਤ ਵਾਰੀ ਕਿਹਾ ਮੈਂ ਦੇਹਰਾਦੂਨ ਆਵਾਂ, ਮੇਰੀ ਇੱਕ ਬੇਨਤੀ ਹੈ। ਪੰਥ ਦੇ ਮਹਾਨ ਵਿਦਵਾਨ ਕੀਰਤਨੀ ਭਾਈ ਸਾਹਿਬ ਭਾਈ ਸਾਧੂ ਸਿੰਘ ਦੇਹਰਾਦੂਨ ਵਾਲੇ, ਜਿਹਨਾਂ ਨੇ ਬਹੁਤ ਸੇਵਾ ਕੀਤੀ ਪੰਥ ਦੀ, ਔਰ ਉਹਨਾਂ ਦੀ ਪ੍ਰੇਰਣਾ ਨਾਲ ਮੇਰਾ ਖਿਆਲ ਤੁਸੀਂ ਵੀ ਕੀਰਤਨੀ ਬਣੇ। ਮੇਰੀ ਇੱਕ ਉਹਨਾਂ ਦੀ ਯਾਦ ਵਿੱਚ ਮੇਰੀ ਇੱਛਾ ਕਿ ਜੇ ਤੁਸੀਂ ਇੰਤਜ਼ਾਮ ਕਰੋ ਉੱਥੇ, ਅਤੇ ਆਪਾਂ ਉੱਥੇ ਇੱਕ ਭਾਈ ਸਾਹਿਬ ਦੀ ਯਾਦ ਦੇ ਵਿੱਚ ਕੀਰਤਨ ਦਰਬਾਰ ਕਰਵਾਈਏ, ਪਰ ਮੈਨੂੰ ਪੁੱਛ ਲਿਓ ਜਦੋਂ ਮੈਂ ਇੰਡੀਆ ਹੋਊਂਗਾ। ਸੋ ਮੇਰੀ ਇੰਨੀ ਕੀ ਬੇਨਤੀ, ਧੰਨਵਾਦ ਤੁਹਾਡਾ ਅਫਸਰ ਜੀ ਦੇ ਵੀਰ ਜੀ ਦਾ ਬਹੁਤ।